ਹੋਰ ਜੀ ਕੀ ਹਾਲ ਨੇ ਠੀਕ ਠਾਕ। ਅੱਛਾ ਜੀ, ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਐਂਟਰੀ ਅਤੇ ਵੀਜ਼ੇ ਦੇ ਵਿੱਚ ਕੀ ਫਰਕ ਹੁੰਦਾ, ਕਿਉਂਕਿ ਕਈ ਜਾਣਿਆਂ ਨੂੰ ਕਨਫਿਊਜ਼ਨ ਹੁੰਦੀ ਹੈ, ਐਂਟਰੀ ਅਤੇ ਵੀਜ਼ੇ ਦਾ ਮਤਲਬ ਨਹੀਂ ਸਮਝਦੇ ਹੈਗੇ ਉਹ ਜੀ। ਦੇਖੋ ਜੀ, ਵੀਜ਼ਾ ਤੁਹਾਨੂੰ ਪਤਾ ਹੀ ਹੈ ਜੀ, ਆਪਾਂ ਅੰਬੈਸੀ ਜਾਂਦੇ, ਉੱਥੋਂ ਆਪਾਂ ਨੂੰ ਵੀਜ਼ਾ ਮਿਲ ਜਾਂਦਾ ਵਾ, ਇੱਕ ਚਲੋ ਡਾਕੂਮੈਂਟ ਹੋ ਜਾਂਦਾ ਵਾ ਜਾਂ ਸਟੀਕਰ ਲੱਗ ਜਾਂਦਾ ਪਾਸਪੋਰਟ 'ਤੇ ਕਿ ਕਿਸੇ ਦੇਸ਼ ਜਾਣ ਦੇ ਲਈ। ਪਰ ਇਹ ਨਹੀਂ ਹੈਗਾ ਜੀ, ਜੇ ਤੁਹਾਨੂੰ ਵੀਜ਼ਾ ਮਿਲ ਗਿਆ ਤਾਂ ਤੁਸੀਂ ਉਸ ਦੇਸ਼ ਪਹੁੰਚ ਗਏ ਹੋ। ਵੀਜ਼ਾ ਮਿਲਣ ਤੋਂ ਮਗਰੋਂ ਵੀ ਸ਼ੋਰ ਨਹੀਂ ਹੁੰਦੇ ਜਾਂਦੀ ਆਪਾਂ ਉਹ ਦੇਸ਼ ਪਹੁੰਚ ਗਏ, ਮੰਨ ਲਓ ਤੁਹਾਨੂੰ ਬ੍ਰਾਜ਼ੀਲ ਦਾ ਵੀਜ਼ਾ ਮਿਲ ਗਿਆ, ਇਹ ਨਹੀਂ ਹੈਗਾ ਤੁਸੀਂ ਬ੍ਰਾਜ਼ੀਲ ਪਹੁੰਚ ਗਏ ਹੋ। ਉਹ ਡਿਪੈਂਡ ਕਰੇਗਾ, ਜਦੋਂ ਬ੍ਰਾਜ਼ੀਲ ਤੁਸੀਂ ਏਅਰਪੋਰਟ 'ਤੇ ਉਤਰੇ ਹੋ ਤਾਂ ਜੋ ਉਹਨੇ ਇਮੀਗ੍ਰੇਸ਼ਨ 'ਤੇ ਜੋ ਬੈਠਾ ਹੋਏਗਾ ਇਮੀਗ੍ਰੇਸ਼ਨ ਆਫਿਸਰ, ਠੀਕ ਆ ਜੀ, ਉਹਦੇ ਡਿਪੈਂਡ ਕਰਦਾ ਕਿ ਉਹ ਤੁਹਾਨੂੰ ਅੱਗੇ ਜਾਣ ਦਿੰਦਾ ਜਾਂ ਨਹੀਂ ਜਾਣ ਦਿੰਦੇ। ਮੋਸਟਲੀ ਤਾਂ ਉਹ ਜਾਣ ਦੇ ਹੀ ਦਿੰਦੇ ਨੇ, ਪਰ ਕਈ ਕਦੇ ਕਦਾਈ ਕੋਈ ਕੇਸ ਇੱਦਾਂ ਦਾ ਹੋ ਜਾਂਦਾ, ਉਹਨਾਂ ਨੂੰ ਹੁੰਦਾ ਵੀ ਬੰਦਾ ਝੂਠ ਬੋਲ ਰਿਹਾ ਵਾ, ਝੂਠ ਬੋਲ ਕੇ ਵੀਜ਼ਾ ਲਵਾਇਆ ਸੀਗਾ, ਹੁਣ ਉਹਨੂੰ ਲੱਗਦਾ ਵੀ ਕੋਈ ਸ਼ੱਕ, ਅਤੇ ਫਿਰ ਉੱਥੋਂ ਡਿਪੋਰਟ ਵੀ ਕਰਨੇ, ਦੁਬਾਰਾ ਫਿਰ ਬੰਦੇ ਨੂੰ ਇੰਡੀਆ ਭੇਜ ਦਿੰਦੇ ਨੇ ਏਅਰਪੋਰਟ ਦਾ, ਉੱਥੋਂ ਵੀ ਬ੍ਰਾਜ਼ੀਲ ਏਅਰਪੋਰਟ ਤੋਂ ਵੀ ਤੁਸੀਂ ਜਾਂਦੀ। ਇਹ ਨਹੀਂ ਸ਼ੋਰ ਹੈਗਾ ਕਿ ਤੁਸੀਂ ਵਾਕਈ ਬ੍ਰਾਜ਼ੀਲ ਦਾ ਏਅਰਪੋਰਟ ਦੀ ਇਮੀਗ੍ਰੇਸ਼ਨ ਕਲੀਅਰ ਕਰਕੇ ਬ੍ਰਾਜ਼ੀਲ ਦੇਸ਼ ਵਿੱਚ ਐਂਟਰ ਹੋ ਸਕਦੇ ਹੋ, ਜਾਂ ਏਅਰਪੋਰਟ ਤੋਂ ਵੀ ਉਹ ਡਿਪੋਰਟ ਕਰ ਦੇਣਗੇ। ਬਾਕੀ ਐਂਟਰੀ ਅਤੇ ਵੀਜ਼ੇ ਦੇ ਵਿੱਚ ਫਰਕ ਦੇਖੋ ਜੀ, ਵੀਜ਼ਾ ਤੁਹਾਨੂੰ ਪਤਾ ਲੱਗ ਗਿਆ ਵੀਜ਼ਾ ਕੀ ਹੁੰਦਾ ਜੀ। ਆਪਾਂ ਜਦੋਂ ਬ੍ਰਾਜ਼ੀਲ ਆਉਂਦੇ ਹਾਂ ਏਅਰਪੋਰਟ ਦੇ ਉੱਤੇ, ਠੀਕ ਆ ਜੀ, ਤਾਂ ਉੱਥੇ ਆਪਾਂ ਨੂੰ ਇੱਕ ਫੋਰਮ ਮਿਲਦਾ ਹੁੰਦਾ ਵਾ, ਠੀਕ ਆ ਜੀ, ਉਹਦੇ ਉੱਤੇ ਤੁਸੀਂ ਆਪਣੇ ਡਿਟੇਲ ਵਗੈਰਾ ਭਰਨੇ ਹੁੰਦੇ ਨੇ। ਚਾਹੇ ਤਾਂ ਜਹਾਜ਼ ਵਿੱਚ ਹੀ ਫੋਰਮ ਮਿਲ ਜਾਂਦਾ ਹੁੰਦਾ ਵਾ, ਨਹੀਂ ਮਿਲਦਾ ਤਾਂ ਉੱਥੇ ਏਅਰਪੋਰਟ 'ਤੇ ਵੀ ਮਿਲ ਜਾਂਦਾ ਹੁੰਦਾ ਵਾ, ਠੀਕ ਆ ਜੀ। ਉੱਥੇ ਤੁਸੀਂ ਆਪਣੇ ਕੁਛ ਬੇਸਿਕ ਡਿਟੇਲ ਪਾਉਣੇ ਹੁੰਦੇ ਨੇ, ਆਪਣਾ ਪਾਸਪੋਰਟ ਨੰਬਰ, ਆਪਣਾ ਨਾਮ ਵਗੈਰਾ, ਠੀਕ ਆ ਜੀ, ਟਿਕਟ ਦਾ ਨੰਬਰ ਵਗੈਰਾ, ਕਿੰਨੀ ਤਰੀਕ ਨੂੰ ਤੁਸੀਂ ਇੱਥੇ ਆਏ ਸੀਗੇ, ਕਿ ਇੰਨੀ ਤਰੀਕ ਨੂੰ ਤੁਸੀਂ ਇੱਥੇ ਆਏ ਹੋ, ਅੱਜ ਦੀ ਡੇਟ ਹੁੰਦੀ ਹੈ ਉੱਥੇ, ਅਤੇ ਇੰਨੀ ਤਰੀਕ ਨੂੰ ਤੁਸੀਂ ਇੱਥੋਂ ਵਾਪਸ ਚਲੇ ਜਾਣਾ ਵਾ, ਠੀਕ ਆ ਜੀ। ਉਹ ਜਿੰਦੀ ਜਿੰਨੇ ਦਿਨ ਹੁੰਦੇ ਨੇ, ਠੀਕ ਆ, ਆਪਾਂ ਐਂਟਰੀ ਪਾ ਦਿੰਦੇ ਹਾਂ ਕਿ ਇੰਨੀ ਤਰੀਕ ਮੈਂ ਵਾਪਸ ਜਾਣਾ ਵਾ, ਅਤੇ ਜਦੋਂ ਇਮੀਗ੍ਰੇਸ਼ਨ ਆਫਿਸਰ ਹੁੰਦਾ ਵਾ ਉਹ ਤੁਹਾਡੇ ਪਾਸਪੋਰਟ 'ਤੇ ਸਟੈਂਪ ਲਗਾ ਦਿੰਦਾ, ਤਾਂ ਨਾਲ ਹੀ ਉਹ ਜਿਹੜਾ ਫੋਰਮ ਹੁੰਦਾ ਵਾ, ਠੀਕ ਆ, ਉਹ ਦੋ ਫਾਰਮ ਹੁੰਦੇ ਨੇ, ਇਹ ਜਿੰਦੀ ਥੱਲੇ ਦੇ ਕਾਰਬਨ ਪੇਪਰ ਲੱਗਿਆ ਹੁੰਦਾ ਵਾ, ਅਤੇ ਜਿੰਦੀ ਇੱਕ ਪਾਸਾ ਉਹ ਆਪਣੇ ਕੋਲ ਰੱਖ ਦਿੰਦੇ, ਇੱਕ ਤੁਹਾਨੂੰ ਦੇ ਦਿੰਦਾ, ਅਤੇ ਉੱਥੇ ਸਟੈਂਪ ਲਗਾ ਦਿੰਦੇ ਨੇ ਕਿ ਉਹ ਤੁਹਾਡੀ ਐਂਟਰੀ ਹੋ ਗਈ ਜੀ। ਉਹਦੇ 'ਤੇ ਜਿੰਨੇ ਦਿਨ ਪਾਏ ਹੋਏ ਨੇ, ਠੀਕ ਆ ਜੀ, ਜੇ ਮੰਨ ਲਓ ਤੁਸੀਂ ਲਿਖਿਆ ਤੁਹਾਨੂੰ ਇੱਕ ਸਾਲ ਦਾ ਵੀਜ਼ਾ ਮਿਲਿਆ, ਠੀਕ ਆ ਜੀ, ਇੱਕ ਸਾਲ ਦੇ ਵੀਜ਼ੇ ਨਹੀਂ ਤੁਸੀਂ ਬ੍ਰਾਜ਼ੀਲ ਆਏ ਹੋ, ਅਤੇ ਫੋਰਮ ਦੇ ਉੱਤੇ ਤੁਸੀਂ ਵਾਪਸੀ 20 ਦਿਨਾਂ ਦੀ ਡੇਟ ਪਾ ਦਿੱਤੀ ਹੈ, ਤੁਹਾਡੇ ਕੋਲ 20 ਦਿਨਾਂ ਦੀ ਰਿਟਰਨ ਟਿਕਟ ਹੈਗੀ ਆ, ਅਤੇ ਤੁਹਾਨੂੰ 20 ਦਿਨਾਂ ਦੀ ਹੀ ਐਂਟਰੀ ਮਿਲੀ, ਉਹ ਐਂਟਰੀ ਹੋ ਗਈ ਜੀ। ਉੱਥੇ ਲਿਖਿਆ ਹੋਏਗਾ ਕਿ ਤੁਸੀਂ ਇੰਨੇ ਦਿਨਾਂ ਨੂੰ ਵਾਪਸ ਜਾਣਾ, 20 ਤਰੀਕ ਨੂੰ ਵਾਪਸ ਜਾਣਾ, ਠੀਕ ਆ, ਤੁਹਾਡਾ ਪ੍ਰੂਫ ਹੋ ਗਿਆ। ਉਸ ਤੋਂ ਪਹਿਲਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆ ਸਕਦੀ ਹੈਗੀ ਜੀ। ਓਕੇ ਜੀ, ਇੱਥੇ ਜਿੰਨੀ ਕੋਈ ਪੁਲਿਸ ਦੀ ਗੱਡੀ ਲੰਘਦੀ ਹੈ ਜਾਂ ਐਂਬੂਲੈਂਸ ਲੰਘਦੀ ਹੈ, ਪਹਿਲਾਂ ਐਂਬੂਲੈਂਸ ਲੰਘੀ ਸੀਗੀ, ਇਹ ਥੋੜ੍ਹੀ ਸੜਕ ਚੌੜੀ ਹੁੰਦੀ ਹੈ, ਅਤੇ ਆਪਾਂ ਜਿੰਦੀ ਜਿਹੜੀਆਂ ਐਮਰਜੈਂਸੀ ਵਾਲੀਆਂ ਗੱਡੀਆਂ ਨੂੰ ਲੰਘਣ ਦੀ ਆਪਾਂ ਰਸਤਾ ਦੇ ਦਿੰਦੇ, ਇੱਥੇ ਰਸਤਾ ਮਿਲ ਜਾਂਦਾ ਉਹਨਾਂ ਗੱਡੀਆਂ ਨੂੰ ਜੀ, ਇੰਡੀਆ ਵਾਂਗੂ ਖੇ ਖਰਾਬ ਨਹੀਂ ਹੁੰਦੇ ਹੈਗੇ ਇੱਥੇ। ਚਲੋ ਜੀ, ਹਾਂਜੀ, ਜਾਂਦੀ ਉਹ ਐਂਟਰੀ ਹੋ ਗਈ, ਜਿਹੜਾ ਫੋਰਮ ਹੋ ਗਿਆ ਤੁਹਾਡੇ ਕੋਲ, ਉੱਥੇ ਸਟੈਂਪ ਲੱਗੀ ਹੁੰਦੀ, ਉਹ ਐਂਟਰੀ ਹੋ ਗਈ ਜੀ ਕਿ ਤੁਸੀਂ ਇੰਨੇ ਦਿਨਾਂ ਦੀ ਬ੍ਰਾਜ਼ੀਲ ਵਿੱਚ ਰਹਿ ਸਕਦੇ ਹੋ। ਉਸ ਦਿਨ ਤੁਸੀਂ ਵੱਧ ਦਿਨਾਂ ਦੀ ਰਹਿੰਦੇ ਹੋ, ਠੀਕ ਹੈ, ਤਾਂ ਇਲੀਗਲ ਹੋ ਜਾਂਦੇ, ਜਿੰਨੀ ਉਨੀ ਤਰੀਕ ਨੂੰ ਤੁਸੀਂ ਵਾਪਸ ਨਹੀਂ ਮੁੜਦੇ ਜਿੰਨੀ ਉਹ ਤੁਹਾਡੇ ਕੋਲ ਫੋਰਮ ਦੇ ਉੱਤੇ ਲਿਖਿਆ ਹੋਇਆ ਵਾ, ਠੀਕ ਹੈ ਜੀ। ਫੋਰਮ ਛੋਟਾ ਜਿਹਾ ਪੇਜ ਹੁੰਦਾ ਜੀ, ਕਹਿ ਸਕਦੇ ਇੰਨਾ ਕੋਈ ਹੱਥ ਕੇ ਜਿੰਨਾ ਗੇਟਕ ਦਾ ਪੇਜ ਹੋ ਗਿਆ ਜੀ, ਠੀਕ ਹੈ, ਅਤੇ ਉਹ ਐਂਟਰੀ ਵਾਲਾ ਪੇਪਰ ਹੋ ਗਿਆ ਜੀ, ਠੀਕ ਆ। ਅਤੇ ਜੇ ਜਾਂਦੀ ਉਸ ਡੇਟ ਤੱਕ ਤੁਸੀਂ ਲੀਗ ਹੋ, ਉਸ ਡੇਟ ਤੱਕ ਬ੍ਰਾਜ਼ੀਲ 'ਚ ਕੋਈ ਪ੍ਰੋਬਲਮ ਨਹੀਂ ਹੈਗੀ, ਜੇ ਟੂਰਿਸਟ ਵੀਜ਼ 'ਤੇ ਆਏ ਹੋ ਤੁਸੀਂ, ਕੋਈ ਪ੍ਰੋਬਲਮ ਨਹੀਂ ਹੈਗੀ, ਟੂਰ ਦੇ ਟੂਰਿਸਟ ਜੋ ਵੀ ਤੁਹਾਡੇ ਹੁੰਦੇ ਨੇ ਰਾਈਡ ਵਗੈਰਾ ਉਹ ਹੋਣਗੇ, ਠੀਕ ਆ, ਕੋਈ ਕੰਮ ਵਗੈਰਾ ਨਹੀਂ ਕਰ ਸਕਦੇ ਕਿਉਂਕਿ ਟੂਰਿਸਟ ਵੀਜ਼ 'ਤੇ, ਅਤੇ ਉਹ ਜਾਂਦੀ ਤੁਸੀਂ ਲੀਗਲ ਹੋ ਬ੍ਰਾਜ਼ੀਲ ਦੇ ਵਿੱਚ ਉਸ ਡੇਟ ਤੱਕ। ਉਹ ਡੇਟ ਲੰਘ ਗਈ ਹੈ, ਬ੍ਰਾਜ਼ੀਲ ਨਹੀਂ ਛੱਡਿਆ ਤਾਂ ਇਲੀਗਲ ਹੋ ਜਾਂਦੇ ਹੋ ਜੀ ਤੁਸੀਂ, ਠੀਕ ਆ ਜੀ। ਬਾਕੀ ਹੁੰਦਾ ਵਾ ਅਤੇ ਸਿਸਟਮ ਹੁੰਦਾ ਵਾ, ਤੁਸੀਂ ਚਾਹੁੰਦੇ ਹੋ ਤਾਂ ਉਹ ਜੋ ਐਂਟਰੀ ਹੈਗੀ ਐਕਸਟੈਂਡ ਕਰਵਾ ਸਕਦੇ ਹਾਂ, ਐਕਸਟੈਂਡ ਵੀ ਹੋ ਜਾਂਦੀ ਹੈ, ਕੋਈ ਰੀਜ਼ਨ ਦੇ ਕੇ ਵੀਜ਼ਾ ਵੀ ਐਕਸਟੈਂਡ ਹੋ ਜਾਂਦਾ ਹੁੰਦਾ, ਐਂਟਰੀ ਵੀ ਐਕਸਟੈਂਡ ਹੋ ਜਾਂਦੀ ਹੁੰਦੀ ਹੈ ਜੀ, ਠੀਕ ਹੈ ਜੀ। ਇਹ ਡਿਫਰੈਂਸ ਹੋ ਗਿਆ ਜੀ, ਫਰਕ ਹੋ ਗਿਆ ਐਂਟਰੀ ਅਤੇ ਵੀਜ਼ੇ ਦੇ ਵਿੱਚ। ਇਹ ਨਹੀਂ ਹੈਗਾ ਤੁਹਾਨੂੰ ਇੱਕ ਸਾਲ ਦਾ ਵੀਜ਼ਾ ਮਿਲ ਜਾਵੇ, ਤੁਸੀਂ ਇੱਕ ਸਾਲ ਇੱਥੇ ਰਹਿ ਸਕਦੇ ਹੋ, ਨਹੀਂ ਜੀ, ਜਿੰਨੇ ਚਿਰ ਦੀ ਤੁਹਾਨੂੰ ਐਂਟਰੀ ਮਿਲੀ ਹੈ, ਠੀਕ ਆ। ਅਤੇ ਪਰ ਐਂਟਰੀ ਇਹ ਵੀ ਨਹੀਂ ਹੁੰਦਾ, ਕਈ ਸੋਚ ਜਾਂਦੇ ਤੁਹਾਨੂੰ ਇੱਕ ਸਾਲ ਦਾ ਵੀਜ਼ਾ ਮਿਲ ਗਿਆ, ਕੋਈ ਗੱਲ ਨਹੀਂ, ਇੱਕ ਸਾਲ ਵਾਪਸੀ ਰਿਟਰਨ ਟਿਕਟ ਲਗਾ ਦੇਵਾਂਗੇ, ਪਰ ਫਿਰ ਉਹ ਡਿਪੋਰਟ ਕਰ ਦਿੰਦੇ ਏਅਰਪੋਰਟ ਤੋਂ ਜੀ, ਕਿਉਂਕਿ ਉਹਨਾਂ ਨੂੰ ਤੁਹਾਨੂੰ ਦਿਖਾਉਣਾ ਪਏਗਾ ਜੇ ਵੀ ਇੰਨਾ ਚਿਰ ਤੁਸੀਂ ਇੱਥੇ ਰਹਿੰਦੇ ਹੋ ਬ੍ਰਾਜ਼ੀਲ 'ਚ, ਟੂਰਿਸਟ ਦੇ ਉੱਤੇ ਤੁਸੀਂ ਆਪਣਾ ਖਰਚਾ ਕਿਵੇਂ ਕਰੋਗੇ, ਠੀਕ ਆ ਜੀ, ਆਪਣਾ ਰਹਿਣ ਦਾ ਖਾਣ ਦਾ ਖਰਚਾ ਕਿਵੇਂ ਹੋਏਗਾ। ਆਪਾਂ ਅੰਬੈਸੀ ਵੀਜ਼ਾ ਮੰਗਣ ਜਾਂਦੇ ਹਾਂ, ਕਈ ਵਾਰ ਅੰਬੈਸੀ ਕਹਿੰਦੇ ਸਾਨੂੰ 30 ਦਿਨਾਂ ਦਾ ਵੀਜ਼ਾ ਦੇ ਦਿਓ, ਠੀਕ ਆ, 3 ਮਹੀਨੇ ਦਾ ਵੀਜ਼ਾ ਦੇ ਦਿੰਦੇ ਜਾਂ ਵੱਡਾ ਵੀਜ਼ਾ ਦੇ ਦਿੰਦੇ ਨੇ, ਮਲਟੀਪਲ ਐਂਟਰੀ ਵੀਜ਼ਾ ਵੀ ਦੇ ਦਿੰਦੇ ਨੇ, ਉਹਨਾਂ 'ਤੇ ਡਿਪੈਂਡ ਕਰਦਾ ਵਾ। ਪਰ ਇਹ ਨਹੀਂ ਹੈਗਾ ਜਿੰਨਾ ਆਪਾਂ ਨੂੰ ਵੀਜ਼ਾ ਮਿਲਿਆ ਵਾ ਆਪਾਂ
ਟੂਰਿਸਟ ਦੇ ਉੱਤੇ ਹੀ ਉਨੇ ਦਿਨ ਉਸ ਦੇਸ਼ ਵਿੱਚ ਰੁਕ ਸਕਦੇ ਹਾਂ। ਉਹ ਐਂਟਰੀ ਡਿਪੈਂਡ ਕਰਦਾ ਕਿ ਤੁਹਾਨੂੰ ਉਨੇ ਦਿਨ ਦੀ ਐਂਟਰੀ ਮਿਲਦੀ ਆ ਜਾਂ ਨਹੀਂ ਮਿਲਦੀ ਹੈਗੀ, ਠੀਕ ਹੈ ਜੀ। ਵੈਸੇ ਤਾਂ ਐਂਟਰੀ ਜ਼ਿਆਦਾ ਵੱਡੀ ਐਂਟਰੀ ਨਹੀਂ ਆਪਾਂ ਟੂਰਿਸਟ ਵੀਜ਼ 'ਤੇ ਕੋਸ਼ਿਸ਼ ਵੀ ਨਹੀਂ ਕਰਨੀ ਚਾਹੀਦੀ ਹੈ, ਕਿਉਂਕਿ ਉਹ 'ਚ ਡਿਪੋਰਟ ਹੁੰਦੇ ਜ਼ਿਆਦਾ ਚਾਂਸ ਹੁੰਦੇ ਨੇ ਬ੍ਰਾਜ਼ੀਲ ਤੋਂ। ਜੇ ਤੁਸੀਂ ਇੱਥੇ ਬ੍ਰਾਜ਼ੀਲ 'ਚ ਕਹੋਗੇ ਜਾ ਕੇ ਵੀ ਅਸੀਂ 2 ਮਹੀਨੇ ਟੂਰਿਸਟ ਵੀਜ਼ 'ਤੇ ਰੁਕਣਾ, 2 ਮਹੀਨੇ ਹੋਟਲ 'ਚ ਰੁਕਣਾ ਵਾ, ਤਾਂ ਉਹ ਕਹਿਣਗੇ ਕਿ ਹੋਟਲ ਦਾ ਡੇਲੀ ਦਾ ਖਰਚਾ ਕਿੰਨਾ ਹੋ ਗਿਆ, ਤੁਸੀਂ ਇੰਨੇ ਪੈਸੇ ਕਿੱਥੋਂ ਮੈਨੇਜ ਕਰੋਗੇ। ਉਹ ਵੱਖਰੀ ਗੱਲ ਆ ਜੀ ਜੇ ਤੁਸੀਂ ਬਹੁਤ ਵੱਡੇ ਬਿਜ਼ਨਸਮੈਨ ਹੈਗੇ ਹੋ, ਠੀਕ ਆ, ਆਪਣੇ ਪਰਿਵਾਰ ਨਾਲ ਆਏ ਹੋ, ਤੁਹਾਡੇ ਕਾਫੀ ਬੈਂਕ ਬੈਲੈਂਸ ਹੈਗੇ ਨੇ, ਤਾਂ ਹੋ ਸਕਦਾ ਜਿਹੜੀ ਆਮ ਜੋ ਆਮ ਬੰਦਿਆਂ ਦੇ ਲਈ ਇੰਨੀ ਵੱਡੀ ਐਂਟਰੀ ਉਹਨਾਂ ਨੂੰ ਬ੍ਰਾਜ਼ੀਲ ਦੇ ਵਿੱਚ ਨਹੀਂ ਮਿਲਦੀ ਟੂਰਿਸਟ ਵੀਜ਼ਾ ਦੇ ਉੱਤੇ। ਹਾਂ, ਜੇ ਤੁਸੀਂ ਆਪਣੀ ਫੈਮਿਲੀ ਨੂੰ ਮਿਲਣ ਆਏ ਹੋ, ਕੋਈ ਰਿਸ਼ਤੇਦਾਰੀ ਵਿੱਚ ਆਏ ਹੋ, ਤਾਂ ਉਹ ਵੱਖਰਾ ਕੇਸ ਹੋ ਗਿਆ, ਉਹ ਅਲੱਗ ਗੱਲ ਹੋ ਗਈ। ਜੇ ਤੁਹਾਡਾ ਬ੍ਰਾਜ਼ੀਲ ਕੋਈ ਨਹੀਂ ਹੈਗਾ, ਤੁਸੀਂ ਹੋਟਲ 'ਚ ਹੋਟਲ ਵਿੱਚ ਹੀ ਰੁਕੋਗੇ, ਠੀਕ ਆ ਜੀ, ਤਾਂ ਐਡੀ ਵੱਡੀ ਐਂਟਰੀ ਨਹੀਂ ਮਿਲਦੀ ਹੈਗੀ। ਦੀ ਇਹ ਨਹੀਂ ਫਰਕ ਹੈਗਾ ਐਂਟਰੀ ਅਤੇ ਟੂਰਿਸਟ ਵੀਜ਼ੇ ਦੇ ਵਿੱਚ। ਅਤੇ ਜਿਹੜੀ ਉਹ ਫਾਰਮ ਮਿਲਦਾ ਵਾ ਆਪਾਂ ਨੂੰ, ਠੀਕ ਆ, ਜਿਹਦੇ ਸਟੈਂਪ ਕਰਕੇ ਦਿੰਦੇ ਨੇ, ਜਦੋਂ ਤੁਸੀਂ ਬ੍ਰਾਜ਼ੀਲ ਛੱਡਣਾ ਵਾ, ਜਿੱਦਣ ਤੁਸੀਂ ਬ੍ਰਾਜ਼ੀਲ ਤੋਂ ਜਾਣਾ ਵਾ, ਠੀਕ ਆ, ਉਹ ਫਾਰਮ ਤੁਹਾਡੇ ਕੋਲ ਹੋਣਾ ਚਾਹੀਦਾ, ਸੰਭਾਲ ਕੇ ਰੱਖਣਾ ਵਾ। ਅਤੇ ਉਹ ਜਾਂਦੇ ਹੋਏ ਨੇ ਇਮੀਗ੍ਰੇਸ਼ਨ 'ਤੇ ਜਿਹੜਾ ਬੰਦਾ ਹੋਏਗਾ, ਠੀਕ ਆ, ਜਿਹਦੀ ਵੀ ਡਿਊਟੀ ਨਜ਼ਰ ਹੋਏਗੀ ਬੰਦਾ ਜਾਂ ਕੁੜੀ, ਠੀਕ ਆ, ਉਹ ਫਾਰਮ ਦੇਖਣਗੇ, ਉਹ ਰੱਖ ਲੈਣਗੇ, ਅਤੇ ਤੁਹਾਡੇ ਪਾਸਪੋਰਟ 'ਤੇ ਦੂਸਰੀ ਸਟੈਂਪ ਲਗਾ ਦੇਣਗੇ, ਠੀਕ ਆ ਜੀ, ਅਤੇ ਇੱਥੋਂ ਤੁਸੀਂ ਜਾ ਸਕਦੇ ਹੋ। ਜੇ ਮੰਨ ਲਓ ਤੁਸੀਂ ਉਹ ਡੇਟ ਤੋਂ ਜਿਹਨੀ ਐਂਟਰੀ ਜੋ ਤੁਹਾਨੂੰ ਐਂਟਰੀ ਮਿਲੀ ਉਸ ਤੋਂ ਵੱਧ 'ਚ ਰਹਿੰਦੇ ਹੋ, ਠੀਕ ਆ ਜੀ, ਅਤੇ ਫਿਰ ਜਿੱਦਾਂ ਤੁਸੀਂ ਏਅਰਪੋਰਟ 'ਤੇ ਆਉਂਦੇ ਹੋ ਸਕਦਾ ਉਹ ਉਸ ਦਿਨ ਉਹ ਤੁਹਾਨੂੰ ਪੁੱਛਣ ਕਿ ਤੁਹਾਡੀ ਐਂਟਰੀ ਖਤਮ ਹੋ ਚੁੱਕੀ ਆ ਪਰ ਤੁਸੀਂ ਮੁੜੇ ਨਹੀਂ ਹੈਗੇ, ਠੀਕ ਆ। ਜੇ ਨਹੀਂ ਵੀ ਪੁੱਛਦੇ ਹੈਗੇ ਤਾਂ ਵੀ ਉਹ ਕੁਛ ਨਹੀਂ ਹੁੰਦਾ, ਪਰ ਨੈਕਸਟ ਟਾਈਮ ਉਹ ਸ਼ਾਇਦ ਤੁਹਾਨੂੰ ਐਂਟਰੀ ਨਹੀਂ ਦੇਣਗੇ। ਅਤੇ ਇਹ ਵੀ ਹੋ ਸਕਦਾ ਕਿ ਤੁਹਾਡਾ ਵੀਜ਼ਾ ਵੀ ਉਹ ਕੈਂਸਲ ਕਰ ਦੇਣ, ਜਿੰਨਾ ਤੁਹਾਡਾ ਵੀਜ਼ਾ ਬਾਕੀ ਦਾ ਬਚਿਆ ਹੋਇਆ ਵਾ। ਅਤੇ ਇਸ ਲਈ ਮੈਂ ਇਹੀ ਸਲਾਹ ਦੇਵਾਂਗੇ, ਜਿੰਨੀ ਤੁਹਾਨੂੰ ਐਂਟਰੀ ਮਿਲਦੀ ਆ, ਠੀਕ ਆ, ਉਨ੍ਹਾਂ 'ਚ ਰਹੋ। ਜੇ ਤੁਸੀਂ ਬਾਅਦ 'ਚ ਰਹਿਣਾ ਚਾਹੁੰਦੇ ਹੋ ਤਾਂ ਐਕਸਟੈਂਡ ਹੋ ਜਾਂਦੀ ਹੈ ਐਂਟਰੀ, ਠੀਕ ਆ ਜੀ, ਫੈਡਰਲ ਪੋਸਟ ਵਿੱਚ ਜਾ ਕੇ ਉੱਥੇ ਐਕਸਟੈਂਡ ਹੋ ਜਾਂਦੀ, ਉੱਥੇ ਰੀਜ਼ਨ ਦੱਸਣਾ ਪੈਂਦਾ ਵਾ, ਐਂਟਰੀ ਵੀ ਐਕਸਟੈਂਡ ਹੋ ਜਾਂਦੀ ਹੁੰਦੀ ਹੈ ਜੀ, ਵੀਜ਼ਾ ਵੀ ਐਕਸਟੈਂਡ ਹੋ ਜਾਂਦਾ ਹੁੰਦਾ, ਠੀਕ ਆ ਜੀ। ਅਤੇ ਇਹ ਵੀਡੀਓ ਦਾ ਮੇਰੀ ਵੀਡੀਓ ਬਣਾਉਣ ਦਾ ਇਹੀ ਮਕਸਦ ਸੀਗਾ ਕਿ ਤੁਹਾਨੂੰ ਐਂਟਰੀ ਅਤੇ ਵੀਜ਼ੇ ਦੇ ਵਿੱਚ ਫਰਕ ਦਾ ਪਤਾ ਲੱਗ ਜਾਵੇ, ਠੀਕ ਆ ਜੀ। ਅਤੇ ਬਾਕੀ ਮੈਂ ਬ੍ਰਾਜ਼ੀਲ ਦੇ ਸਿਸਟਮ ਬਾਰੇ ਦੱਸਿਆ ਜੀ, ਠੀਕ ਆ, ਹੋਰਾਂ ਦੇਸ਼ਾਂ ਦਾ ਅਲੱਗ ਸਿਸਟਮ ਹੋ ਸਕਦਾ ਐਂਟਰੀ ਦਾ ਵੀਜ਼ੇ ਦਾ, ਜੀ ਬ੍ਰਾਜ਼ੀਲ ਦਾ ਇਹ ਸਿਸਟਮ ਹੈਗਾ। ਬ੍ਰਾਜ਼ੀਲ ਵਿੱਚ ਐਂਟਰੀ ਦਾ ਸਬੂਤ ਇੱਕ ਫਾਰਮ ਹੁੰਦਾ ਵਾ, ਉਹਦੇ 'ਤੇ ਲਿਖਿਆ ਹੁੰਦਾ ਕਿ ਉਹ ਤੁਹਾਡੀ ਐਂਟਰੀ ਹੋ ਗਈ। ਪਾਸਪੋਰਟ 'ਤੇ ਜਿਹੜੀ ਸਟੈਂਪ ਲੱਗਦੀ ਆ ਉਹਦੇ 'ਚ ਕੋਈ ਉਹ 'ਚ ਸਿਰਫ ਡੇਟ ਲਿਖੀ ਹੁੰਦੀ ਆ ਜਿੱਦਣ ਤੁਸੀਂ ਬ੍ਰਾਜ਼ੀਲ ਦੇ ਵਿੱਚ ਬੜੇ ਹੋ, ਠੀਕ ਆ ਜੀ, ਉਹ ਡੇਟ ਨੂੰ ਲਿਖੀ ਹੁੰਦੀ ਆ, ਪਰ ਉਹ ਸਟੈਂਪ 'ਤੇ ਇਹ ਨਹੀਂ ਲਿਖਿਆ ਹੁੰਦਾ ਕਿ ਤੁਹਾਨੂੰ ਕਿੰਨੇ ਦਿਨਾਂ ਦੀ ਐਂਟਰੀ ਮਿਲੀ। ਐਂਟਰੀ ਉਹ ਮਿਲੀ ਹੁੰਦੀ ਆ, ਲਿਖਿਆ ਹੁੰਦਾ ਵਾ ਉਹ ਜੋ ਫਾਰਮ ਹੋਏਗਾ ਤੁਹਾਡੇ ਕੋਲ, ਜਿਹੜਾ ਕਾਗਜ਼ ਤੁਸੀਂ ਫਿਲ ਕੀਤਾ ਹੋਏਗਾ ਆਪਣੇ ਆਪ ਆਪਣੇ ਹੱਥ ਨਾਲ, ਠੀਕ ਆ ਜੀ, ਉਹ ਹੋ ਗਈ ਤੁਹਾਡੀ ਐਂਟਰੀ, ਐਂਟਰੀ ਦਾ ਸਬੂਤ, ਠੀਕ ਆ ਜੀ। ਅਤੇ ਜੇ ਤੁਹਾਡਾ ਕੋਈ ਕੁਐਸਚਨ ਹੈਗਾ ਤਾਂ ਹੇਠਾਂ ਕਮੈਂਟ ਵਿੱਚ ਪੁੱਛ ਸਕਦੇ ਹੋ। ਅਤੇ ਓਕੇ, ਥੈਂਕ ਯੂ, ਟੇਕ ਕੇਅਰ, ਬਾਏ।